ਇਹੀ ਆਸ ਉਮੀਦ ਇਹੀ ਕਿ ਅਮਨ ਅਮਾਨ ਦੇ ਨਾਲ ਵੋਟਾਂ ਜਿਹੜੀਆਂ ਹੈਗੀਆਂ ਉਹ ਪੈ ਜਾਣ ਪੂਰੇ ਪੰਜਾਬ ਦੇ ਵਿੱਚ ਪਰ ਖਾਸ ਕਰਕੇ ਗਿੱਦੜਬਾਹ ਤੇ ਫੋਕਸ ਤਾਂ ਰਹਿੰਦਾ ਹੈ ਕਿ ਗਿੱਦੜਬਾਹ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਜੋ ਕੁਝ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਕਿਤੇ ਕਿਤੇ ਥੋੜਾ ਜਿਹਾ ਸੈਂਸਿਟਿਵ ਇਸ ਇਲਾਕੇ ਨੂੰ ਦੇਖਿਆ ਜਾ ਰਿਹਾ ਕਿ ਕਿਤੇ ਕਿਸੇ ਕਿਸਮ ਦਾ ਮਾਹੌਲ ਆ ਜਿਹੜਾ ਉਹ ਖਰਾਬ ਨਾ ਹੋਵੇ ਪਰ ਦੇਖੋ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਪੋਲੀਟੀਕਲ ਐਕਟੀਵਿਟੀ ਹੁੰਦੀ ਹੈ ਤਾਂ ਉਹਦਾ ਅਸਰ ਸਿੱਧੇ ਤੌਰ ਤੇ ਆਪਸੀ ਭਾਈਚਾਰੇ ਤੇ ਪੈਂਦਾ ਔਰ ਪਿੰਡਾਂ ਦੇ ਵਿੱਚ ਬੜਾ ਆਪਸੀ ਭਾਈਚਾਰਾ ਦੇਖਿਆ ਜਾਂਦਾ ਹੈ ਪਰ ਜਦੋਂ ਐਸੀਆਂ ਚੋਣਾਂ ਖਾਸ ਕਰਕੇ ਜਦੋਂ ਪੰਚਾਇਤੀ ਚੋਣਾਂ ਆਉਂਦੀਆਂ ਨੇ ਤਾਂ ਉਹ ਭਾਈਚਾਰੇ ਤੇ ਕਿਤੇ ਨਾ ਕਿਤੇ ਇਹਦਾ ਪ੍ਰਭਾਵ ਐਸਾ ਪੈਂਦਾ ਹੈ ਕਿ ਕਈ ਕਈ ਸਾਲ ਤੱਕ ਉਹਦਾ ਇਫੈਕਟ ਉਹਦਾ ਅਸਰ ਆ ਜਿਹੜਾ ਉਹ ਦਿਖਦਾ ਰਹਿੰਦਾ ਪਰ ਇਹੀ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਮਨ ਅਮਾਨ ਦੇ ਨਾਲ ਇਹ ਵੋਟਾਂ ਜਿਹੜੀਆਂ ਭੁਗਤ ਜਾਣ ਕਿਉਂਕਿ ਸਵੇਰੇ ਸਵੇਰੇ ਹਲੇ ਦਿਨ ਚੜਿਆ ਹਲੇ ਵੋਟਾਂ ਵਾਲਾ ਕੰਮ ਸ਼ੁਰੂ ਹੋਣਾ ਹਲੇ ਤਾਂ ਲਾਈਨਾਂ ਤੁਸੀਂ ਬਾਹਰ ਨਜ਼ਰ ਮਾਰ ਲਓ ਕਿ ਸਭ ਨੂੰ ਕਾਹਲੀ ਆ ਕਿ ਟਾਈਮ ਨਾਲ ਵੋਟ ਭੁਗਤਾ ਦਈਏ ਔਰ ਜਿਹੜੀ ਤਸਵੀਰ ਤੁਸੀਂ ਹੁਣ ਵੇਖ ਰਹੇ ਹੋ ਵਿਜੇ ਇਹ ਕਰੀਬ 20-25 ਮਿੰਟ ਪਹਿਲਾਂ ਤੋਂ ਇਹ ਤਸਵੀਰ ਇੱਥੇ ਇਸੇ ਤਰ੍ਹਾਂ ਦੀ ਹੈ ਇਸੇ ਤਰ੍ਹਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੋਟਰ ਨੇ ਲੋਕ ਨੇ ਬਜ਼ੁਰਗ ਵੀ ਨੇ ਔਰਤਾਂ ਵੀ ਨੇ ਉਹ ਇਸੇ ਤਰ੍ਹਾਂ ਲਾਈਨਾਂ ਬਣਾ ਕੇ ਇੱਥੇ ਖੜੇ ਨੇ ਤਾਂ ਕਿ ਜਦ ਹੀ ਗੇਟ ਖੁੱਲਦਾ ਤੇ ਭੱਜ ਕੇ ਜਾ ਕੇ ਪਹਿਲੀਆਂ ਵੋਟ ਭੁਗਤਾ ਆਏਗੇ ਤਾਂ ਦੇਖੋ ਵੋਟ ਬਿਲਕੁਲ ਸਭ ਨੂੰ ਪਾਉਣੀ ਚਾਹੀਦੀ ਹੈ ਪਰ ਅਮਨ ਅਮਾਨ ਦੇ ਨਾਲ ਇਹ ਵੋਟਾਂ ਨਿਪਰੇ ਚੜ ਜਾਣ ਇਸ ਨੂੰ ਲੈ ਕੇ ਜਿਹੜਾ ਹੈਗਾ ਦਾਅਵੇ ਵੀ ਕੀਤੇ ਜਾ ਰਹੇ ਆ ਔਰ ਇਹੀ ਆਸ ਵੀ ਕੀਤੀ ਜਾ ਰਹੀ ਆ ਖੈਰ ਇਹੀ ਤਸਵੀਰਾਂ ਦਿਖਾਉਣ ਦੀ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿਉਂਕਿ ਬੜਾ ਸੈਂਸਿਟਿਵ ਗਿੱਦੜਬਾਹ ਵੀ ਔਰ ਜਿਸ ਤਰ੍ਹਾਂ ਜੀਰਾ ਸਾਡੇ ਸਾਥੀ ਉੱਥੇ ਮੌਜੂਦ ਨੇ ਤਾਂ ਜੀਰਾ ਵੀ ਬੜਾ ਸੈਂਸਿਟਿਵ ਦੇਖਿਆ ਜਾ ਰਿਹਾ ਤਾਂ ਸਵੇਰੇ ਸਵੇਰੇ ਤਾਂ ਦੇਖੋ ਵੀ ਜੇ ਕਿਹੜਾ ਸ਼ਾਂਤ ਮਾਹੌਲ ਨਜ਼ਰ ਆ ਰਿਹਾ ਤਾਂ ਆਸ ਵੀ ਇਹੀ ਕਰਦੇ ਹਾਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਮਾਹੌਲ ਆ ਜਿਹੜਾ ਉਹ ਬਣਿਆ ਰਵੇ ਸ਼ਾਮ ਤੱਕ ਕਿਉਂਕਿ ਸ਼ਾਮ ਤੱਕ ਨਤੀਜੇ ਵੀ ਜਿਹੜੇ ਸਪਸ਼ਟ ਹੋ ਜਾਣੇ ਆ ਕਿ ਕਿਹਦੇ ਹਿੱਸੇ ਸਰਪੰਚੀ ਵਾਲਾ ਤਾਜ ਆਉਣਾ ਕਿਹਨੇ ਢੋਲ ਵਜਾਉਂਦੇ ਜਾਣਾ ਤੇ ਕਿਹਨੇ ਇੱਥੋਂ ਨਿਰਾਸ਼ ਹੋ ਕੇ ਜਾਣਾ ਦੇਖੋ ਇੱਕ ਨੇ ਜਿੱਤਣਾ ਬਾਕੀਆਂ ਦੇ ਹਿੱਸੇ ਹਾਰ ਤਾਂ ਆਉਣੀ ਹੈ ਪਰ ਕਹਿੰਦੇ ਨੇ ਕਿ ਉਸ ਹਾਰ ਨੂੰ ਵੀ ਕਿਵੇਂ ਖਿੜੇ ਮੱਥੇ ਸਵੀਕਾਰ ਕੀਤਾ ਜਾਂਦਾ ਹੈ ਉਸ ਜਿੱਤ ਦੇ ਜਸ਼ਨ ਨੂੰ ਕਿਵੇਂ ਮਨਾਇਆ ਜਾਂਦਾ ਤਸਵੀਰ ਸ਼ਾਮ ਤੱਕ ਹਰ ਇੱਕ ਜਿਹੜੀ ਆ ਉਹ ਦਿਲਚਸਪ ਹੋਏਗੀ ਪਰ ਖੈਰ ਇੱਥੇ ਤੁਸੀਂ ਨਜ਼ਰ ਪਹਿਲਾਂ ਮਾਰ ਲਓ ਕਿ ਬਜ਼ੁਰਗ ਬੀਬੀਆਂ ਔਰ ਤੁਹਾਨੂੰ ਨੌਜਵਾਨ ਜਿਹੜੇ ਨੇ ਉਹ ਹਰ ਤਰ੍ਹਾਂ ਦਾ ਵੋਟਰ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਪਿੰਡ ਦਾ ਮੋਢੀ ਚੋਣਾ ਹੈ ਪਿੰਡ ਦਾ ਸਰਪੰਚ ਚੋਣਾ ਤਾਂ ਉਸ ਨੂੰ ਲੈ ਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ 6 ਸਾਲ ਬਾਅਦ ਜਦੋਂ ਵੋਟਾਂ ਆ ਰਹੀਆਂ ਨੇ ਤਾਂ ਇਸ ਵੋਟ ਨੂੰ ਲੈ ਕੇ ਖਾਸ ਕਰਕੇ ਜਿਹੜੇ ਫਸਟ ਟਾਈਮ ਵੋਟਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਸਰਪੰਚੀ ਵਾਲੀ ਵੋਟ ਪਾਉਣੀ ਹੈ ਤਾਂ ਸਰਪੰਚੀ ਵਾਲੀ ਵੋਟ ਦਾ ਇੱਕ ਆਪਣਾ ਜਿਹੜਾ ਹੈਗਾ ਉਹਦੀ ਇੰਪੋਰਟੈਂਸ ਆ ਆਪਣੀ ਮਹੱਤਤਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿੱਦਾਂ ਕਹਿੰਦੇ ਨੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਬੇਸ਼ੱਕ ਵਿਧਾਇਕੀ ਦੀਆਂ ਵੋਟਾਂ ਹੋਣ MLA ਵਾਲੀਆਂ ਹੋਣ ਚਾਹੇ MP ਵਾਲੀਆਂ ਹੋਣ ਪਰ ਜ਼ੋਰ ਸਭ ਤੋਂ ਜ਼ਿਆਦਾ ਸਰਪੰਚੀ ਵਾਲੀਆਂ ਵੋਟਾਂ 'ਤੇ ਲੱਗਦਾ ਕਿਉਂਕਿ ਪਿੰਡ ਪੱਧਰ 'ਤੇ ਜਦੋਂ ਇੱਕ ਇੱਕ ਵੋਟਰ ਆ ਜਿਹੜਾ ਉਹਦੇ 'ਤੇ ਫੋਕਸ ਕੀਤਾ ਜਾਂਦਾ ਇਕੱਲੇ ਇਕੱਲੇ ਵੋਟਰ ਦੀ ਕੈਲਕੂਲੇਸ਼ਨ ਹੈ ਬੜੇ ਘੱਟ ਵੋਟਾਂ ਦੇ ਮਾਰਜਨ 'ਤੇ ਜਿੱਤ ਹਾਰ ਵਾਲੀ ਤਸਵੀਰ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਤਾਂ ਐਸੇ ਹਾਲਾਤਾਂ ਦੇ ਵਿੱਚ ਬੜਾ ਮਾਹੌਲ ਆ ਜਿਹੜਾ ਉਹ ਦਿਲਚਸਪ ਬਣ ਜਾਂਦਾ ਤਾਂ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਦਾ ਜਾਂ ਪਿੰਡਾਂ ਦੇ ਵੋਟਰ ਜਿਹੜੇ ਨੇ ਉਹ ਵੋਟ ਕਰ ਲੱਗੇ ਸੋਚਦੇ ਨੇ ਤਾਂ ਭਾਈ ਜੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਬੜਾ ਮਹੱਤਵਪੂਰਨ ਹੋ ਜਾਂਦੀ ਹੈ ਖਾਸ ਕਰਕੇ ਸਰਪੰਚ ਵਾਲੀਆਂ ਵੋਟਾਂ ਤਾਂ ਕੀ ਕੁਝ ਜ਼ਹਿਨ ਦੇ ਵਿੱਚ ਇਸ ਵੇਲੇ ਇੱਕ ਆਮ ਵੋਟਰ ਦੇ ਪਿੰਡ ਵਾਲੇ ਦੇ ਚੱਲ ਰਿਹਾ ਮਾਹੌਲ ਵੀ ਤਾਂ ਕਿ ਜਿਹੜਾ ਹੈਗਾ ਆਪਣਾ ਮਾਣ ਦੇ ਨਾਲ ਬਣਿਆ ਰਵੇ ਐਕਚੁਅਲੀ ਆਉਣ ਲਈ ਸਾਰੇ ਵੋਟ ਐਕਸਾਈਟਮੈਂਟ ਚ 6 ਸਾਲ ਬਾਅਦ ਵੋਟ ਹੋਣੀ ਹੈ ਲੋਕਾਂ ਦੀ ਤਿਆਰੀ ਕਾਫੀ ਚਿਰ ਤੋਂ ਹੈਗੀ ਹੈ ਲੰਮੇ ਟਾਈਮ ਤੋਂ ਵੀ ਪਿਛਲੇ ਸਾਲ ਕੋ ਗਏ ਉਦੋਂ ਸਰਕਾਰ ਨੇ ਕਿਹਾ ਸੀ ਵੋਟਾਂ ਪੈਣਗੀਆਂ ਫਿਰ ਉਹ ਪੋਸਟਪੋਨ ਹੋ ਗਈਆਂ ਅਤੇ ਹੁਣ ਸਾਰੇ ਅਮਾਨ ਨਾਲ ਵੋਟਾਂ ਪਾਉਣ ਨੂੰ ਤਿਆਰ ਆ ਸਾਰੇ ਜੀ ਅਤੇ ਸਾਰੇ ਐਕਸਾਈਟਮੈਂਟ ਆ ਦੋਵੇਂ ਕੈਂਡੀਡੇਟ ਵਧੀਆ ਹੈਗੇ ਆਪਦੇ ਆਪਦੇ ਥਾਂ ਲੋਕ ਜੁੜੇ ਹੋਏ ਆ ਪ੍ਰਪਿਆਂ ਦੇ ਵਿੱਚ ਵੋਟ ਪੈ ਰਹੀ ਆ ਅੱਛਾ ਦੇਖੋ ਇੱਕ ਨੂੰ ਕਿਸੇ ਨੇ ਇੱਕ ਨੂੰ ਪਾਉਣੀ ਕਿਸੇ ਨੇ ਦੂਜੇ ਨੂੰ ਪਾਉਣੀ ਹੈ ਵੋਟ ਤਾਂ ਦੇਖੋ ਡਿਵਾਈਡ ਹੋਣੀ ਹੈ ਪਰ ਜਦੋਂ ਗਿੱਦੜਬਾਹ ਦਾ ਜ਼ਿਕਰ ਆਉਂਦਾ ਜਿਸ ਤਰ੍ਹਾਂ ਦਾ ਤਲਖੀ ਵਾਲਾ ਮਾਹੌਲ ਖਾਸ ਕਰਕੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਕਈ ਵਾਰੀ ਤਲਖ ਹੋ ਜਾਂਦਾ ਤਾਂ ਉਹਦਾ ਇਫੈਕਟ ਜਿਹੜਾ ਹੈਗਾ ਬੜੇ ਲੰਮੇ ਟਾਈਮ ਤੱਕ ਪੈਂਦਾ ਰਹਿੰਦਾ ਕਈ ਵਾਰ ਤਾਂ ਦੁਸ਼ਮਣੀਆਂ ਵਾਲੇ ਹਾਲਾਤ ਪੈਦਾ ਹੋ ਜਾਂਦੇ ਆ ਤਾਂ ਉਹਨੂੰ ਲੈ ਕੇ ਕੀ ਅੱਗੇ ਹੁਣ ਇਸ ਵਾਰ ਕੋਈ ਮਾਹੌਲ ਕੋਈ ਤਸਵੀਰ ਅੱਗੇ ਨਾਲੋਂ ਬਦਲੀ ਨਜ਼ਰ ਆਈ ਹੈ ਨੌਜਵਾਨ ਜਦੋਂ ਅੱਗੇ ਆਉਂਦੇ ਨੇ ਤਾਂ ਕੋਈ ਤਸਵੀਰ ਲੱਗਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਬਦਲੇਗੀ ਇਹਨੂੰ ਸਿਰਫ ਵੋਟਾਂ ਤੱਕ ਹੀ ਸੀਮਤ ਰੱਖਿਆ ਜਾਵੇ ਨਹੀਂ ਹੁਣ ਬਹੁਤ ਫਰਕ ਆ ਅੱਗੇ ਨਾਲੋਂ ਬੰਦੇ ਸੂਝਵਾਨ ਹੈ ਲੜਦੇ ਨੀਗੇ ਲੋਕਾਂ ਨੂੰ ਇੱਕ ਰਾਜਨੀਤਿਕ ਲੜਾਈ ਸਮਝਦੇ ਆ ਆਪਣੀ ਨਿੱਜੀ ਨਹੀਂ ਸਮਝਦੇ ਗੇ ਵੋਟ ਪਈ ਆ ਮੇਰੇ ਪਿੰਡ ਦਾ ਮਾਹੌਲ ਇਹ ਆ ਵੀ ਵੋਟ ਜਦੋਂ ਪੈ ਜਾਂਦੀ ਹੈ ਪਿਛਲੇ ਸਾਲ ਵੀ ਇਲੈਕਸ਼ਨ ਹੋਇਆ ਜਦੋਂ
सरपंची का बड़ी अमन शांति हो चलो जेड़ा जित गया वधाइया दे दी जेड़ा हर गया उसे प्रप्याने जाके उन्होंने चलो दिन अफसोस कराया होंगे पर इन्नी नहीं हैगी खिचौतान वाली गल भी कोई लड़ाई होगी बढ़ाई होगी चलो कई बार होंगे शरारती आंसर कर भी जाते हैं पर नहीं सूझवान बंदे जेड़े है कैंडीडेट सरपंची के जेड़े दो है प्रगट सिंह ज गुरप्रीत सिंह सरपंच ये दोवें बंदे सूझवान से सहनशीलता वाले है तो इन्होंने वोटरां नूं भी अपील की है कि आपकी शांति नाल वोट भगताओ तो पिंड दी शांति बना के रखो वाकई कहते ने जी के वोट जिहड़ा जित गया ज्यादा लैके उन्हूं वधाई दे देंगे तो दूजे दे नाल थोड़ी जी हमदर्दी जाहर कर देंगे तो गल भी बड़ी दिलचस्प है कि नाले वधाई तो नाले हमदर्दी तो एक तो हिस्से जित होनी है विजय पर उही गल कि वोटां दे चक्कर च आपसी माहौल भाईचारा सांझ जिहड़ी वह खराब ना होवे यह सुनेहा बहुत जरूरी है कि वोट जरूर पाओ जित हार तो लिखी है जिधर चार वध पै गई उन्हें जित जाना पर आपसी भाईचारा जिहड़ा हैगा वह घट्टो घट खराब ना हो खास करके जिहड़ा सेंसिटिव इलाका देखा जा रहा जां गिदड़वा जां जीरा जां होर कुछ डेरा बाबा नानक दा अजीब जिक्र कर रहे सी तां खास करके इत्थों दे वोटरां नूं मैनूं लगदा दूजा नालों थोड़ी जी ज्यादा जिहड़ा हैगा सूझवानता जिहड़ी हैगी दिखाउणी पैणी।